ਤੁਹਾਡੇ ਨਾਲ ਆ ਗਿਆ ਉਹ ਜਿਓ ਪਿੰਡਾਂ ਲਿਓ ਜਿਨ੍ਹਾਂ ਦੋਸਤਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿੱਤਾ ਨਾ ਉਹ ਸਾਡੇ ਨਾਲ ਜੁੜ ਗਏ ਨੇ ਅਸੀਂ ਉਹਨਾਂ ਦਾ ਵਧੀਆ 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 ਇਸਤਕਬਾਲ ਕਰਨ ਵਾਸਤੇ ਇੱਥੇ ਬੈਠੇ ਹਾਂ ਅਤੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਨਾ ਅਸੀਂ ਉਹਨਾਂ ਨੂੰ ਵੀ ਇਸਤਕਬਾਲ ਕਰਨ ਕਿਤੇ ਬੈਠੇ ਹਾਂ ਵੀਰ ਜੀ ਅਤੇ ਨਾਜ਼ਰੀਨ ਗੱਲ ਕੁਝ ਇਹ ਹੈਗੀ ਕਿ ਸਾਡੀਆਂ ਹਕੂਮਤਾਂ ਨੇ ਨਾ ਸਾਨੂੰ ਰੇਟ ਨਹੀਂ ਦਿੱਤੇ ਤੁਸੀਂ ਆਖਣਾ ਕਿ ਪਿੰਡ ਕੋਟ ਤਲੋਂ ਪਾਈ ਖੜਦਾ ਉੱਤੇ ਪੱਗ ਵੀ ਲਾਈ ਖੜਦਾ ਅਤੇ ਗੱਲ ਵਿੱਚ ਹੋਰ ਆ ਸਾਨੂੰ ਚਾਹੀਦਾ ਰੇਟ ਰੇਟ ਕੀ ਚਾਹੀਦਾ ਸਾਨੂੰ ਸਾਡੀ ਫਸਲਾਂ 'ਚ ਰੇਟ ਚਾਹੀਦਾ ਅਤੇ ਮਾੜਾ ਮੋਟਾ ਜਿਹਾ ਰੇਟ ਦੇ ਕੇ ਤੁਸੀਂ ਇਹ ਕੀ ਸਮਝਦੇ ਹੋ ਇਹ ਕਿਸਾਨ ਨਾ ਖੁਸ਼ ਨੇ ਨਹੀਂ ਜੀ ਖੁਸ਼ ਅਸੀਂ ਖੁਸ਼ ਨਹੀਂ ਹੈਗੇ ਤੁਹਾਨੂੰ ਖੁਦਾ ਦਾ ਵਾਸਤਾ ਤੁਸੀਂ ਸਾਡੇ ਮੁਲਕ 'ਚ ਕੀ ਕਰਨ ਬੈਠੇ ਹੋ ਨਾ ਤੁਹਾਨੂੰ ਕੀ ਸਿਆਸਤ ਦੀ ਪਤਾ ਹੈਗੀ ਨਾ ਤੁਸੀਂ ਅੱਛੀ ਤਰ੍ਹਾਂ ਸਿਆਸਤ ਹੀ ਕਰ ਸਕਦੇ ਹੋ ਪਾਏ ਨਾ ਸਾਨੂੰ ਰੇਟ ਚਾਹੀਦਾ ਸਾਡਾ ਗੰਨਾ ਵੇਖ ਲਓ ਕਿੱਥੇ ਜਾ ਰਿਹਾ ਰੁੱਲ ਰਿਹਾ ਕਿਸਾਨਾਂ ਦਾ ਉੱਥੇ ਖੇਤ ਦੇ ਵਿੱਚ ਕਪਾਹ ਵੇਖ ਲਓ ਨਾਲ ਤੁਸੀਂ ਮੁੰਜੀ ਵੇਖ ਲਓ ਉਹਦਾ ਕੀ ਰੇਟ ਲਾਇਆ ਤੁਸੀਂ ਯਾਰ ਰੇਟ ਵੀ ਤੁਸੀਂ ਕੱਢਦੇ ਹੋ ਫੈਕਟਰੀਆਂ ਵੀ ਤੁਹਾਡੀਆਂ ਹੈਗੀਆਂ ਨੇ ਔਰ ਉਸਦੇ ਨਾਲ ਮਿੱਲਾਂ ਵੀ ਤੁਹਾਡੀਆਂ ਸਾਨੂੰ ਰੇਟ ਨਹੀਂ ਦਿੰਦੇ ਤੁਸੀਂ ਖਾਦ ਵੇਖ ਲਓ ਖਾਦ ਦਾ ਕੀ ਰੇਟ ਹੈਗਾ ਖਾਦ ਦਾ ਵੀ ਰੇਟ ਜ਼ਿਆਦਾ ਹੈਗਾ ਅਤੇ ਨਾਲ ਸਾਡੀ ਜਿਹੜੀ ਫਸਲ ਹੈਗਾ ਉਹ ਜ਼ਮੀਨ ਉੱਥੇ ਹੀ ਫਸਲ ਖੇਤਾਂ 'ਚ ਪਈ ਹੈਗੀ ਅਸੀਂ ਹੱਥ ਬੰਨ ਕੇ ਬਾਂਹ ਬੰਨ ਕੇ ਹੱਥ ਬੰਨ ਕੇ ਤੁਹਾਨੂੰ ਅਪੀਲ ਕਰਦੇ ਹਾਂ ਕਿ ਰੇਟ ਦੇ ਵਿੱਚ ਥੋੜ੍ਹੀ ਜਿਹੀ ਯਾਰ ਕੁਝ ਕਰ ਲਓ ਸਾਡੇ ਬਾਰੇ ਵੀ ਸੋਚ ਲਓ ਅਸੀਂ ਵੀ ਕਿਸਾਨ ਇਸ ਮੁਲਕ ਖਾਤਰ ਮਿਹਨਤ ਕਰਦੇ ਹਾਂ ਰਾਤਾਂ ਨੂੰ ਅਸੀਂ ਸੱਪ ਪੈਰਾਂ 'ਚ ਲਾ ਕੇ ਨਾ ਇੰਜ ਤੁਸੀਂ ਸਾਡੇ ਮੁਲਕ ਕਿਤੇ ਖਿਦਮਤ ਕਰਨ ਕਿਤੇ ਅਸੀਂ ਘਰਾਂ ਤੋਂ ਪਾਇਆ ਰਹਿੰਦੇ ਹਾਂ ਸਾਡੇ ਵੀ ਬੱਚੇ ਨੇ ਸਾਡੇ ਵੀ ਘਰ ਨੇ ਯਾਰ ਸਾਡੇ ਬਾਰੇ ਵੀ ਸੋਚੋ ਯਾਰ ਤੁਸੀਂ ਇਸ ਵੀਡੀਓ ਨੂੰ ਨਾ ਸ਼ੇਅਰ ਕਰੋ ਫਿਰ ਪਤਾ ਲੱਗੂਗਾ ਕੌਣ ਸਾਡਾ ਮਿੱਤਰ ਹੈਗਾ ਇਜਾਜ਼ਤ ਯਾਰ।